ਆਪਣੇ ਜੀ ਰਾਜ ਵਾਲੀਆ ਸਾਹਿਬ ਤੇ ਆਏ ਸੀ ਪਾਕਿਸਤਾਨ ਦੀ ਯਾਤਰਾ ਤੇ ਇਹਨਾਂ ਕੋਲ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਪਾਕਿਸਤਾਨ ਦਾ, ਇਹਨਾਂ ਨੂੰ ਥੋੜ੍ਹੀ ਜਿਹੀ ਸੈਰ ਕਰਵਾਈ ਆ ਅਤੇ ਹੁਣ ਜਾਣ ਰਹੇ ਅਸੀਂ ਇਹਨਾਂ ਨੂੰ ਲਾਹੌਰ ਛੱਡਣ ਵਾਸਤੇ। ਵਾਲੀਆ ਸਾਹਿਬ ਕਿਵੇਂ ਦਾ ਐਕਸਪੀਰੀਅੰਸ ਰਿਹਾ ਜੀ ਪਾਕਿਸਤਾਨ ਘੁੰਮਣ ਦਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਰੂਹ ਨੂੰ ਸਕੂਨ ਮਿਲਿਆ ਅਤੇ ਬਹੁਤ ਵਧੀਆ ਲੱਗਿਆ। ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਜਾ ਕੇ ਬਹੁਤ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ। ਕਿਉਂਕਿ ਜੋ ਲੋਕ ਅਫਵਾਹ ਕਰਦੇ ਨੇ, ਗੱਲਾਂ ਕਰਦੇ ਨੇ ਵੀ ਕੁਛ ਮਾਹੌਲ ਠੀਕ ਨਹੀਂ ਗਾ, ਇੱਦਾਂ ਆ, ਪਰ ਇੱਥੇ ਅਗਰ ਲੱਗੇ ਨਹੀਂ ਸਾਨੂੰ ਵੀ ਕੁਛ ਇੱਦਾਂ ਦੀ ਗੱਲਬਾਤ ਹੈ। ਕਿਉਂਕਿ ਸੰਗਤ ਦਾ ਇਕੱਠ ਦੇਖੀਏ ਤਾਂ ਨੀਅਰ ਅਬਾਊਟ 30 to 40 thousand ਦੇ ਵਿੱਚ ਹੋਊਗਾ। ਇੰਨੀਆਂ ਸੰਗਤਾਂ ਆਈਆਂ ਸੀਗੀਆਂ, ਉਹਦੇ ਵਿੱਚ ਕਈ ਲੋਕ ਲੋਕਲ ਸੀਗੇ, ਕਈ ਬਾਹਰੋਂ ਆਏ ਸੀਗੇ, ਇੰਗਲੈਂਡ, ਆਸਟ੍ਰੇਲੀਆ, ਅਮੈਰੀਕਾ, ਕੈਨੇਡਾ, ਕਾਫੀ ਲੋਕ ਤੇ ਇੰਡੀਆ ਪੰਜਾਬ 'ਚੋਂ ਵੀ ਬਹੁਤ ਬਹੁਤ ਲੋਕ ਆਏ ਸੀਗੇ। ਵਧੀਆ ਲੱਗਿਆ। ਅਸੀਂ ਕਾਫੀ ਜਗ੍ਹਾ ਗਏ ਹਾਂ, ਜਿੱਦਾਂ ਪੰਜਾਬ ਸਾਹਿਬ ਵੀ ਗਏ ਹਾਂ, ਕਰਤਾਰਪੁਰ ਸਾਹਿਬ ਵੀ ਗਏ ਹਾਂ, ਇਸਲਾਮਾਬਾਦ ਵੀ ਗਏ ਹਾਂ ਅਤੇ ਲਾਹੌਰ ਵੀ ਘੁੰਮੇ ਹਾਂ, ਬਿਹਾਰ ਵੀ ਗਏ ਹਾਂ, ਬਾਹਰ ਸਿੱਖਿਆ ਨਿਕਲ ਕੇ ਬਹੁਤ ਵਧੀਆ ਲੱਗਿਆ। ਲੋਕ ਬਹੁਤ ਪਿਆਰ ਕਰਦੇ ਨੇ। ਖਾਸ ਕਰਕੇ ਇੱਕ ਕਮੀ ਮਹਿਸੂਸ ਹੋਈ ਹੈ ਸਾਨੂੰ, ਪਰ ਮੈਂ ਸ਼ੁਰੂ ਕਰਦਾ ਹੁਣ ਵੀ ਦਾੜੀ ਥੋੜ੍ਹੀ ਗਰੋ ਕਰੀਏ ਅਤੇ ਪੱਗ ਬੰਨੀਏ, ਕਿਉਂਕਿ ਲੋਕ ਇੱਥੇ ਸੈਲਫੀਆਂ ਬਹੁਤ ਕਰਾਉਂਦੇ ਨੇ ਸਾਰੇ ਬੰਦਿਆਂ ਨਾਲ। ਜਿੰਨੇ ਵੀ ਬੰਦੇ ਆਪਣੇ ਪੱਗਾਂ ਬੰਨਦੇ ਨੇ ਅਤੇ ਉਹਨਾਂ ਨੂੰ ਬੱਚੇ ਇੱਥੋਂ ਦੇ ਵੱਡੇ, ਇੱਥੋਂ ਦੇ ਲੋਕ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ। ਪਤਾ ਨਹੀਂ ਇੱਕ ਅਲੱਗ ਚੌਅ ਹੁੰਦਾ ਦੇਖ ਕੇ ਸਰਦਾਰ ਪੱਗ ਬੰਨਣ ਵਾਲੇ ਬੰਦਿਆਂ ਨੂੰ, ਅਤੇ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਉਹਨਾਂ ਨਾਲ ਫੋਟੋਆਂ ਖਿੱਚਦੇ ਨੇ, ਉਹਨਾਂ ਨਾਲ ਗੱਲਾਂ ਕਰਦੇ ਨੇ। ਅਤੇ ਐਂਡ 'ਤੇ ਇਹੀ ਕਹੂੰਗਾ ਵੀ ਬਹੁਤ ਵਧੀਆ ਲੱਗਿਆ, ਸਫ਼ਰ ਬਹੁਤ ਸੋਹਣਾ ਸੀਗਾ ਇੱਥੋਂ ਦਾ, ਅਤੇ ਭਰਾ ਵੀ ਮਿਲੇ ਨੇ ਵਧੀਆ, ਇਹਨਾਂ ਨੇ ਪਿਆਰ ਕੀਤਾ ਬਹੁਤ ਵਧੀਆ, ਘੁਮਾਇਆ ਸਾਨੂੰ, ਦਿਖਾਇਆ ਬਾਹਰ, ਲੋਕਾਂ ਨਾਲ ਮਿਲਾਇਆ, ਪਿੰਡ ਦਿਖਾਏ ਇੱਥੋਂ ਦੇ, ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਇੰਡੀਆ ਜੀ ਮੈਂ ਡਿਸਟ੍ਰਿਕਟ ਲੁਧਿਆਣਾ, ਮੈਂ ਖੰਨੇ ਤੋਂ ਰਹਿਣ ਵਾਲਾ ਹੈਗਾ ਹਾਂ, ਅਤੇ ਪਰ ਮੈਂ ਹੁਣ ਸਿੱਧਾ ਕੈਨੇਡਾ ਤੋਂ ਆਇਆ ਸੀਗਾ ਅਤੇ ਪੰਜਾਬ ਹੋ ਕੇ ਆਏ ਸੀਗੇ। ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ ਸਾਨੂੰ ਇੱਥੋਂ ਦਾ, ਕਿਉਂਕਿ ਜਦ ਤੱਕ ਆਪਾਂ ਕੋਈ ਚੀਜ਼ ਦੇਖਦੇ ਨਹੀਂ ਆਪਾਂ ਨੂੰ ਉਹਦੀ ਨੌਲੇਜ ਨਹੀਂ ਮਿਲਦੀਗੀ ਵੀ ਉੱਥੇ ਕਿੱਦਾਂ ਦਾ ਮਾਹੌਲ ਆ, ਕਿੱਦਾਂ ਦੇ ਲੋਕ ਨੇ। ਪਰ ਮੈਨੂੰ ਤਾਂ ਪਹਿਲੀ ਇਹ ਬੜੀ ਵਧੀਆ ਗੱਲ ਆ ਤੁਸੀਂ ਸ਼ਾਇਦ ਦੱਸੋਗੇ ਸੁਣ ਕੇ ਵੀ ਮੈਨੂੰ ਲੱਗਿਆ ਵੀ ਪੰਜਾਬ ਪਾਕਿਸਤਾਨ ਦੇ ਵਿੱਚ ਵੀ ਹੈਗਾ ਇੱਕ, ਅਤੇ ਉੱਥੋਂ ਦੇ ਲੋਕ ਬਿਲਕੁਲ ਉਹੀ ਪੰਜਾਬੀ ਨੇ। ਇਹ ਸਾਡੇ ਨਾਲ ਨਾਮ ਹੈ ਨਾਸਿਰ ਢਿੱਲੋਂ ਸਾਹਿਬ, ਅਤੇ ਬਹੁਤ ਖੁਸ਼ੀ ਹੋਈ ਮਿਲ ਕੇ ਲੋਕਾਂ ਦੇ, ਲੋਕਾਂ ਨੂੰ ਬਹੁਤ ਪਿਆਰ ਕਰਦੇ ਨੇ ਸਾਰੇ। ਇਹ ਜ਼ਰੂਰ ਇੱਕ ਵਾਰ ਆ ਕੇ ਦੇਖੋ, ਵਿਜ਼ਿਟ ਕਰਕੇ ਦੇਖੋ, ਗੁਰੂ ਨਾਨਕ ਦੇਵ ਜੀ ਦੇ ਸਥਾਨ 'ਤੇ ਬਹੁਤ ਸ਼ਾਂਤੀ ਮਿਲੂ ਤੁਹਾਨੂੰ ਵੀ। ਪਹੁੰਚ ਗਿਆ ਲਾ ਕੇ ਅਤੇ ਪਿੱਛੇ ਸਾਡੇ ਨਾਲ ਇੱਕ ਬੜੇ ਫੇਮਸ ਹਸਤੀ ਸਾਡੇ ਨਾਲ ਬੈਠੇ ਨੇ, ਪ੍ਰਿੰਸ ਸੰਧੂ ਸਾਹਿਬ, ਅਤੇ ਇਹਨਾਂ ਕੋਲ ਪੁੱਛਦੇ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ। ਸੰਧੂ ਸਾਹਿਬ ਦੱਸਣਾ ਦਰਾਂ ਜੀ, ਕਿੱਥੋਂ ਤੁਹਾਡਾ ਪਿੰਡ ਕਿਹੜਾ ਵੈਸੇ? ਇਹ ਪਿੰਡ ਅੰਮ੍ਰਿਤਸਰ ਡਿਸਟ੍ਰਿਕਟ ਹੁਣ ਬਣ ਗਿਆ ਤਰਨ ਤਾਰਨ, ਡਿਸਟ੍ਰਿਕਟ ਛੋਟੇ ਛੋਟੇ ਕਰੀ ਜਾਂਦੇ ਆ ਜੀ, ਅਤੇ ਤਰਨ ਤਾਰਨ ਦੇ ਵਿੱਚ ਆ ਜੀ ਸਾਡੀ ਸਾਂਝੀ ਆ, ਅਤੇ ਐਕਸਪੀਰੀਅੰਸ ਇਹ ਕਹਿ ਸਕਦੇ ਹਾਂ ਵੀ ਕੁੱਲ ਮਿਲਾ ਕੇ ਬਹੁਤ ਵਧੀਆ, ਅਤੇ ਇੰਨਾ ਪ੍ਰਾਹੁਣ
ਪ੍ਰਾਹੁਣਚਾਰੀ ਇਹਨਾਂ ਦੇ ਵਿੱਚ ਆ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਪ੍ਰਾਹੁਣਚਾਰੀ ਆ ਉਹ ਪ੍ਰਾਹੁਣਚਾਰੀ ਇੱਧਰ ਆ ਸਿਰਫ ਵੱਟ ਦੇ ਲਕੀਰ ਹੋਣ ਕਰਕੇ ਚੀਜ਼ਾਂ ਵੰਡੀਆਂ ਗਈਆਂ ਪਰ ਬਾਕੀ ਸਾਰਾ ਕੁਛ ਸੁਰੱਖਿਆ ਹੀ ਆ ਅਤੇ ਰਹੀ ਗੱਲ ਕੁਛ ਸਿਸਟਮ ਦੀ ਗੱਲ ਥੋੜ੍ਹੀ ਕਰਨੀ ਚਾਹੁੰਦਾ ਆਪਣੇ ਡਾਕਟਰ ਸਾਹਿਬ ਜਿਹੜਾ ਤੁਹਾਡਾ ਮੋਟਰ ਨੇ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੈਂਡਾ ਇਸ ਤਰ੍ਹਾਂ ਨਿਬੜਦਾ ਵਾ ਕਿ ਕੋਈ ਲਾਈਟ ਨਹੀਂ ਆ ਖਾਸ ਕਰਕੇ ਜਿਹੜੇ ਬਾਹਰਲੇ ਲੋਕ ਆ ਜਿਹਨਾਂ ਨੇ ਵਿਜਿਟ ਕੀਤਾ ਉਹਨਾਂ ਨੂੰ ਪਤਾ ਵਾ ਪਰ ਜਿਹੜੇ ਤੁਸੀਂ ਨਹੀਂ ਆਏ ਤੁਹਾਨੂੰ ਇੱਕ ਦੱਸਦਾ ਵੀ ਹਾਈਵੇ ਆ ਥ੍ਰੀ ਲਾਈਨ ਦਾ ਹਾਈਵੇ ਉੱਧਰ ਥ੍ਰੀ ਦਾ ਮਤਲਬ ਸਿੰਗਲ ਵਨ ਵੇ ਜਿਹੜਾ ਜਾਂਦਾ ਵਾ ਤਿੰਨ ਅਤੇ ਛੇ ਲਾਈਨ ਦਾ ਹਾਈਵੇ ਟੋਟਲ ਪੈਂਦਾ ਵਾ ਇਹਦੇ ਵਿੱਚ ਕੋਈ ਲਾਈਟ ਨਹੀਂ ਆਉਂਦੀ ਸਾਈਡਾਂ 'ਤੇ ਕਹਿੰਦਾ ਜਿੱਦਾਂ ਆਪਣੇ ਬਾਹਰਲੇ ਕੰਟਰੀਆਂ ਦੇ ਵਿੱਚ ਫੈਂਸ ਲੱਗੀ ਆ ਉਸ ਤੋਂ ਬਾਅਦ ਇੱਕ ਜਾਲੀ ਲੱਗੀ ਹੈ ਜਾਲੀ ਨੈੱਟ ਲੱਗੀ ਹੈ ਕੋਈ ਜਾਨਵਰ ਹੈ ਜਿਹੜਾ ਜਿਹੜਾ ਮੇਨ ਰੋਡ 'ਤੇ ਨਾ ਆ ਸਕੇ ਅਤੇ 120 ਕਿਲੋਮੀਟਰ ਦੀ ਸਪੀਡ ਆ ਬਕਾਇਦਾ ਤੁਸੀਂ ਇੰਡੀਕੇਟਰ ਦੇ ਕੇ ਲਾਈਨ ਚੇਂਜ ਕਰ ਰਹੀ ਹੈ ਜੇ ਨਹੀਂ ਇੰਡੀਕੇਟਰ ਦਿੰਦੇ ਤਾਂ ਵੀ ਤੁਹਾਨੂੰ ਫਾਈਨ ਆ ਜਿਹੜੀਆਂ ਲੈਫਟ ਵਾਲੀਆਂ ਦੋ ਲਾਈਨਾਂ ਵਾ ਉਹਨਾਂ ਦੇ ਵਿੱਚ ਜਿਹੜੇ ਆ ਹੈਵੀ ਜਿਹੜੇ ਟਰੱਕ ਮਸ਼ੀਨਰੀ ਆ ਉਹ ਜਾ ਸਕਦੀ ਆ ਜਿਹੜੀ ਉੱਪਰਲੀ ਲਾਈਨ ਦਾ ਸਿਰਫ ਕਾਰਾਂ ਆ ਸਕਦੀਆਂ ਪਰ ਉਹ ਵੀ ਜਿਹੜੀ ਕਾਰ ਸਲੋਅ ਆ ਉਹਨੂੰ ਹਦਾਇਤ ਇਹ ਹੋਈ ਆ ਵੀ ਤੁਸੀਂ ਲੈਫਟ ਦੋ ਲਾਈਨਾਂ ਦੇ ਵਿੱਚ ਚੱਲੋ ਉੱਪਰਲੀ ਲਾਈਨ ਕਰੋਸਿੰਗ ਦੀ ਪਾਸ ਵੀ ਹਮੇਸ਼ਾ ਖਾਲੀ ਹੋਣੀ ਚਾਹੀਦੀ ਅਤੇ ਨੰਬਰ 2 'ਤੇ ਤੁਹਾਡਾ ਜਿਹੜਾ ਮੈਡੀਕਲ ਵਾਲਾ ਹੈਲਥ ਵਾਲਾ ਸਿਸਟਮ ਆ ਜੀ ਮੇਰੇ ਖਿਆਲ 7 ਮਿੰਟ ਦੇ ਵਿੱਚ ਤੁਹਾਡੀ ਜਿਹੜੀ ਐਂਬੂਲੈਂਸ ਹੈਗੀ ਅਤੇ ਪਹੁੰਚ ਜਾਂਦੀ ਹੈ ਕਿਤੇ ਘਟਨਾ ਹੋਈ ਹੈ ਤੁਸੀਂ ਕਾਲ ਕਰ ਰਹੀ ਹੈ 7 ਮਿੰਟ ਦੇ ਅੰਦਰ ਅੰਦਰ ਇਹਨਾਂ ਦੀ ਜਿਹੜੀ ਐਂਬੂਲੈਂਸ ਰੈਸਕਿਊ 112 ਸਰਵਿਸ ਉਹ ਪਹੁੰਚ ਜਾਂਦੀ ਹੈ ਪਰ ਜਿਹੜੀ ਗੱਲ ਮੈਂ ਕਰਦਾ ਜੇ ਪਿੰਡਾਂ ਥਾਵਾਂ ਦੇ ਮੇਰੇ ਕਿੱਦਾਂ ਪਹੁੰਚਦੀ ਹੈ ਪਿੰਡਾਂ ਥਾਵਾਂ ਦਾ ਇਹਨਾਂ ਨੇ ਨਾ ਲਾਇਆ ਜੇ ਨਾ ਮੁਖਤਲਿਫ ਜਿੱਥੋਂ ਐਕਸੈਸ ਹੈ ਨਾ ਜਿੰਨੇ ਦੀ 7 ਮਿੰਟ ਦੇ ਜਿੰਨੇ ਏਰੀਆ ਵਾ ਉਸ ਫੈਸਲਾਬਾਦ ਹੈ ਹਾਂਜੀ ਫੈਸਲਾਬਾਦ ਦਾ ਜਿੰਨੇ ਉਹਨਾਂ 7-8 ਮਿੰਟ 'ਚ ਜਿੰਨੀ ਉਹਨਾਂ ਦੀ ਐਕਸੈਸ ਹੈ ਉੱਥੇ ਨਾ ਪੁਆਇੰਟ ਬਣਾਏ ਠੀਕ ਹੈ ਉੱਥੇ ਉਹਨਾਂ ਦੀ ਰਿਜ਼ਰਵ ਨੇ ਉਹ ਗੱਡੀਆਂ ਆ ਦਿਖਾਓ ਜੀ ਇਹਨਾਂ ਨੂੰ ਵੀਰ ਇਹਨਾਂ ਨੂੰ ਪਾਕਿਸਤਾਨ ਦਾ ਨੰਬਰ 1 ਡਾਟਾ ਨੈਟਵਰਕ ਚਲੋ ਜੀ ਅੱਗੇ ਚਲੋ ਲਾਹੌਰ ਪਹੁੰਚ ਗਏ ਜੀ ਲਾਹੌਰ ਮਾੜਾ ਜਿਹਾ ਦਿਖਾਉਣ ਲੱਗੇ ਦੇਖੋ ਜੀ ਇੱਥੇ ਐਂਟਰੀ ਹੋ ਰਹੀ ਹੈ ਟੋਲ ਪਲਾਜ਼ੇ ਦੇ ਉੱਪਰ ਜਦੋਂ ਅਸੀਂ ਟੋਲ ਪਲਾਜ਼ਾ ਐਂਟਰ ਕੀਤੇ ਸੀ ਮੇਰੇ ਖਿਆਲ ਆਪਾਂ ਕਾਰਡ ਇਸ਼ੂ ਕੀਤਾ ਗਿਆ ਹਾਂਜੀ ਹਾਂਜੀ ਉਹ ਕਾਰਡ ਇਸੇ ਦੇ ਦੇਣਾ ਵਾ ਦੇਣੀ ਬਣੀ ਹੈ ਸਾਨੂੰ ਅਸੀਂ ਇਹਨਾਂ ਨੂੰ ਕਰ ਦੇਣੀ ਤੁਸੀਂ ਵੱਡੀ ਗਿਣਤੀ ਦੇ ਜੁੜੇ ਆ ਤੁਹਾਡਾ ਕਾਰਡ ਤੁਸੀਂ ਦੱਸਿਆ ਸਾਰੀਆਂ ਗੱਲਾਂ ਆਪਾਂ ਲੋਕਲ ਵੀ ਗਏ ਹਾਂ ਨਨਕਾਣਾ ਸਾਹਿਬ ਤੋਂ ਹਟ ਕੇ ਜੀ ਲੋਕਾਂ ਨੂੰ ਮਿਲੇ ਹਾਂ ਅਤੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਅਸੀਂ ਤੁਹਾਡੇ ਨਾਲ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ ਕੌਣ ਬੋਲਣ ਵਾਲਾ ਜਾਂ ਰਹਿਣ ਸਹਿਣ ਦਾ ਬੋਲੀ ਵੀ ਬਿਲਕੁਲ ਸੇਮ ਸੀ ਹਾਂ ਥੋੜ੍ਹਾ ਲੇਟ ਹੋ ਗਏ ਕਿਉਂਕਿ ਇੱਕ ਧੁੰਦ ਬਹੁਤ ਪੈ ਗਈ ਸੀਗੀ ਪਰ ਪਿੰਡ ਜਾਣ ਦਾ ਮੌਕਾ ਮਿਲਿਆ ਵਾ ਉਹ ਸੇਮ ਹੀ ਜਿੱਦਾਂ ਆਪਣੀਆਂ ਸੱਥਾਂ ਲੱਗਦੀਆਂ ਵਾ ਉੱਦਾਂ ਹੀ ਇਕੱਠੇ ਹੋ ਕੇ ਸ਼ਾਮ ਨੂੰ ਬੈਠਦੇ ਨੇ ਰੋਟੀ ਪਾਣੀ ਖਾਂਦੇ ਨੇ ਅਤੇ ਗੱਲਾਂ ਬਾਤਾਂ ਜਿਹੜਾ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਅਤੇ ਸਾਨੂੰ ਮਿਲਣ ਦਾ ਮੌਕਾ ਮਿਲਿਆ ਨਾ ਚਾਚਾ ਜੀ ਢਿੱਲੋਂ ਸਾਹਿਬ ਦੇ ਨੂੰ ਮਿਲੇ ਸੀਗੇ ਅਤੇ ਪਰਿਵਾਰ ਸਾਰਾ ਇਕੱਠਾ ਬੈਠਾ ਸੀ ਬਹੁਤ ਖੁਸ਼ੀ ਮਹਿਸੂਸ ਹੋਈ ਉਹਨਾਂ ਵੀ ਸਾਡਾ ਆਦਰ ਮਾਣ ਬਹੁਤ ਸਤਿਕਾਰ ਕੀਤਾ ਅਤੇ ਪਰ ਇਹ ਧੁੰਦ ਪੈਣ ਕਰਕੇ ਪੂਰਾ ਜ਼ਿਆਦਾ ਆਪਾਂ ਦੇਖ ਨਹੀਂ ਸਕੇ ਧੁੰਦ ਪੈ ਹੀ ਬਹੁਤ ਜ਼ਿਆਦਾ ਗਈ ਸੀ ਕੁਛ ਵੈਦਰ ਜਿਹਦਾ ਕਰਾਂ ਫਿਰ ਗੱਲਬਾਤ ਕਰ ਲਈਏ ਕਿ ਜਿਹੜਾ ਹਮੇਸ਼ਾ ਆਪਾਂ ਵੱਖ ਵੱਖ ਜ਼ਰੀਏ ਦੱਸਦੇ ਰਹਿੰਦੇ ਹਾਂ ਕਿ ਪੋਲਿਊਸ਼ਨ ਤੋਂ ਥੋੜ੍ਹਾ ਬਚਣਾ ਚਾਹੀਦਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਪਰਾਲੀਆਂ ਨੂੰ ਕਣਕਾਂ ਨੂੰ ਪੋਲਿਊਸ਼ਨ ਵੱਧਦਾ ਵਾ ਹਾਂ ਪੋਲਿਊਸ਼ਨ ਕਰਕੇ ਧੂੰਆਂ ਤਾਂ ਸੀਗਾ ਹੀ ਸੀਗਾ ਉਹਦੇ ਨਾਲ ਧੁੰਦ ਪੈਣ ਕਰਕੇ ਬਿਲਕੁਲ ਹੀ ਜ਼ਿਆਦਾ ਹੀ ਦਿਖਣਾ ਬੰਦ ਹੋ ਗਿਆ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਤੁਹਾਨੂੰ ਵੀ ਸਾਹਮਣੇ ਵਿਊ ਦਿਸ ਰਿਹਾ ਹੋਵੇਗਾ ਧੁੰਦ ਦਾ ਕਿਉਂਕਿ ਆਲਮੋਸਟ ਇੱਕ ਵਾਰ ਚੱਲਿਆ ਵਾ ਅਤੇ ਅਜੇ ਵੀ ਧੁੰਦ ਨਹੀਂ ਲੱਥੀ ਮੇਰੇ ਖਿਆਲ ਨਹੀਂ ਅੱਜ ਸੂਰਜ ਦੇ ਦਰਸ਼ਨ ਹੋਣਗੇ ਮਾੜੇ ਮਾੜੇ ਲੱਗਣ ਡਿਆ ਸੂਰਜ ਨਿਕਲਣ ਡਿਆ ਮਾੜਾ ਮਾੜਾ ਪਰ ਦੋ ਇੱਕ ਵਾਰ ਚੱਲਿਆ ਜੀ ਅਤੇ ਆਪਣਾ ਪ੍ਰਿੰਸ ਭਾਈ ਅੱਗੇ ਨੈਕਸਟ ਫਿਊਚਰ 'ਚ ਤੁਸੀਂ ਜਿਸ ਤਰ੍ਹਾਂ ਤੁਸੀਂ ਆਇਆ ਹੁਣ ਤਾਂ ਆਬਸੋਲੂਟਲੀ ਜਿਵੇਂ ਤੁਹਾਡੇ ਵਿਊਜ਼ ਨੇ ਕਿ ਤੁਸੀਂ ਕੋਸ਼ਿਸ਼ ਕਰੋਗੇ ਕਿ ਹਰ ਐਵਰੀ ਈਅਰ ਤੁਸੀਂ ਆਓ ਜੀ ਬਿਲਕੁਲ ਜਿਹੜੇ ਦੂਸਰੇ ਜਿਹੜੀ ਯੰਗ ਜਨਰੇਸ਼ਨ ਹੈ ਜਿਹੜੇ ਸਾਡੇ ਤਰ੍ਹਾਂ ਦੇ ਜਿਹੜੇ 30-40 ਦੇ ਵਿੱਚ ਨੇ ਲੋਕ ਉਹਨਾਂ ਦੇ ਕੁਛ ਮੈਂ ਜਿਵੇਂ ਸੁਣਿਆ ਕਿ ਇੰਡੀਅਨਸ ਕਹਿੰਦੇ ਉਹਨਾਂ ਦਾ ਵੀਜ਼ਾ ਪਾਕਿਸਤਾਨੀ ਲੱਗ ਗਿਆ ਨਾ ਪਾਸਪੋਰਟ ਦੇ ਅਤੇ ਬਾਹਰ ਦੇ ਮੁਲਕ ਦਾ ਨਹੀਂ ਲੱਗਣਾ ਇਹ ਤਾਂ ਬਿਲਕੁਲ ਮੈਂ ਤੈਨੂੰ ਗੱਲ ਨੂੰ ਗੱਲ ਸਮਝਿਆ ਤੁਹਾਡਾ ਕੀ ਵਿਊ ਹੈ ਇਹ ਇੱਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਣੇ ਨਹੀਂ ਉਹਦਾ ਤੁਸੀਂ ਕਹਿ ਸਕਦੇ ਵੀ ਫਲਾਨੀ ਕੰਟਰੀ ਦਾ ਵੀਜ਼ਾ ਲੱਗ ਗਿਆ ਅਤੇ ਫਿਰ ਤੁਹਾਡਾ ਵੀਜ਼ਾ ਨਹੀਂ ਲੱਗਣਾ ਇੱਦਾਂ ਦਾ ਕੋਈ ਨਹੀਂ ਆ ਮੇਰੇ ਖਿਆਲ ਆ ਵੀ ਇਹਦੇ ਵਿੱਚ ਕੱਲ੍ਹ ਜਦੋਂ ਆਪਾਂ ਇੱਕ ਇੰਟਰਵਿਊ ਕਰਦੇ ਸੀ ਉਹ ਕਹਿੰਦਾ ਸੀ ਕਿ ਮੈਂ ਵੀਜ਼ਾ ਜੇ ਲੈਣਾ ਵਾ ਤਾਂ ਮੈਂ ਇਹ ਨਹੀਂ ਕਹਿ ਸਕਦਾ ਫਲਾਨੀ ਕੰਟਰੀ ਦਾ ਮੈਨੂੰ ਵੀਜ਼ਾ ਨਹੀਂ ਮਿਲੂਗਾ ਕਹਿੰਦਾ ਜਿੱਥੇ ਮੈਨੂੰ ਦਾਣਾ ਪਾਣੀ ਲਿਖਿਆ ਉਹਨੇ ਤੁਹਾਡਾ ਪਿਆਰ ਆ ਵਟਸਐਪ ਦੇ ਜ਼ਰੀਏ ਅਤੇ ਵੱਖ ਵੱਖ ਜ਼ਰੀਏ ਜਿਹੜੀਆਂ ਆਪਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਗੱਲਾਂ ਆਉਂਦੀਆਂ ਢਿੱਲੋਂ ਸਾਹਿਬ ਹਾਂਜੀ ਉੱਥੇ ਧੰਨਵਾਦ ਸਾਡਾ ਕਰਨਾ ਬਣਦਾ ਸਾਡੇ ਦਰਸ਼ਕ ਸਰੋਤੇ ਜਿੰਨੇ ਵੀ ਸਾਡੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਇੱਕ ਇਹ ਨਹੀਂ ਕਹਿੰਦੇ ਵੀ ਅਸੀਂ ਹੋਸਟ ਹਾਂ ਜਾਂ ਕੁਛ ਤੁਸੀਂ ਸਾਰੇ ਨਾਲ ਸਾਡੇ ਹੋਸਟ ਹਾਂ ਇੱਕ ਫੈਮਿਲੀ ਆ ਜੀ ਅਤੇ ਪਰਿਵਾਰ ਆਪਣਾ ਇੱਕ ਅਤੇ ਜਿਹਦੇ ਨਾਲ ਆਪਾਂ ਇੱਕ ਦੂਜੇ ਨਾਲ ਜੁੜਦੇ ਹਾਂ ਤੁਸੀਂ ਆਪਣੇ ਵਿਚਾਰ ਦਿੰਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡੇ ਲਈ ਕੋਈ ਵਧੀਆ ਲੈ ਕੇ ਆਈਏ ਜਿੱਥੇ ਅਸੀਂ ਗਲਤ ਹੁੰਦੇ ਹਾਂ ਤੁਸੀਂ ਸਾਨੂੰ ਦੱਸਦੇ ਹਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਵਧੀਆ ਕੋਈ ਚੀਜ਼ ਆ ਜੇ ਤੁਹਾਡੇ ਲਈ ਰੂਬਰੂ ਲੈ ਕੇ ਤੁਸੀਂ ਆਪਣੇ ਪਿੰਡਾਂ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਹਾਂ ਤੁਹਾਡੇ ਪਿੰਡ ਉੱਧਰਲੇ ਪੰਜਾਬ 'ਚੋਂ ਇੱਧਰਲੇ ਪੰਜਾਬ 'ਚੋਂ ਤੁਹਾਡੇ ਲਈ ਸਾਂਝੇ ਕਰਦੇ ਹਾਂ ਕਵਰ ਕਰਦੇ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਅਤੇ ਇੱਕ ਜਿਹੜੀ ਮੇਰੀ ਹੋਰ
ਹਾਂਜੀ ਬਿਲਕੁਲ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਜਿਹੜਾ ਆਪਾਂ ਤੇ ਕੀ ਕਹਿੰਦੇ ਜੀ ਸਿਲੰਡਰ ਲੈ ਕੇ ਭੱਜੇ ਫਿਰਦੇ ਆ ਪਰ ਇੱਥੇ ਸਿਲੰਡਰ ਵਾਲਾ ਸਿਸਟਮ ਕੋਈ ਨਹੀਂ ਹੈ ਜੀ ਗੈਸ ਸਿਸਟਮ ਘਰ ਘਰ ਤੱਕ ਪਾਈਪ ਲਾਈਨ ਪਹੁੰਚੀ ਹੋਈ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਯੂਜ਼ ਕੀਤੀ ਜਾਂਦੀ ਹੈ ਮੇਰੇ ਖਿਆਲ ਸਸਤਾ ਵਾ ਤੇ ਮੇਰੇ ਖਿਆਲ 500 ਰੁਪਇਆ ਮਹੀਨਾ 400-500 ਰੁਪਇਆ ਮਹੀਨਾ ਦੇ ਵਿੱਚ ਸਾਰਾ ਪਰਿਵਾਰ ਆ ਜਿਹੜਾ ਖੁੱਲ੍ਹੀ ਗੈਸ ਵਰਤਦਾ ਵਾ ਅਤੇ ਮੇਰੇ ਖਿਆਲ ਆ ਵੀ ਉਹਦਾ ਕੋਈ ਇਹੋ ਜਿਹਾ ਸਿਸਟਮ ਨਹੀਂ ਆ ਵੀ ਜਿਹਦੇ ਤੋਂ ਤੁਸੀਂ ਕਹਿ ਸਕਦੇ ਹਾਂ ਵੀ ਨਿਰਾਸ਼ ਹੋ ਸਕਦੇ ਹਾਂ ਉਹ ਬਹੁਤ ਵਧੀਆ ਸਿਸਟਮ ਆ ਪਾਈਪ ਲਾਈਨ ਆ ਜਿਹੜੀ ਗੈਸ ਆ ਸਿਲੰਡਰਾਂ ਦਾ ਝੰਝਟ ਬਿਲਕੁਲ ਨਿਬੜਿਆ ਇਸ ਪੱਖੋਂ ਵੀ ਇਹ ਅੱਗੇ ਕਹਿ ਸਕਦੇ ਹਾਂ ਵੀ ਵਧੀਆ ਸਟੈਪ ਆ ਕਿਉਂਕਿ ਤੁਹਾਡੇ ਕੁਦਰਤੀ ਚੀਜ਼ ਆ ਜਿਹੜੀ ਤੁਹਾਡੀ ਕੰਟਰੀ ਵਿੱਚ ਨਿਕਲਦੀ ਬਿਲਕੁਲ ਸੰਧੂ ਸਾਹਿਬ ਇਹੀ ਗੱਲ ਕਰਦੇ ਹਾਂ ਵੀ ਜਿੱਦਾਂ ਹੁਣ ਮੈਂ ਵੀ ਪਿੰਡ ਤੋਂ ਬਿਲੋਂਗ ਕਰਦਾ ਪੰਜਾਬ ਤੋਂ ਆਪਣੇ ਇੰਡੀਆ ਤੋਂ ਅਤੇ ਸਾਡੇ ਪਿੰਡ ਦੀ ਵੀ ਹਿਸਟਰੀ ਹੈਗੀ ਆ ਸਾਡੇ ਪਿੰਡ ਜਿਹੜਾ ਸਿਲੰਡਰ ਉਹਦਾ ਮਿਲਦਾ ਅਤੇ ਸਾਨੂੰ ਉਹ ਕਈ ਵਾਰ ਐਮਰਜੈਂਸੀ 'ਚ 1000-1000 ਦਾ ਲੈਣਾ ਪੈਂਦਾ ਆ ਕਿਉਂਕਿ ਜੇ ਤੁਹਾਡੇ ਐਮਰਜੈਂਸੀ ਪ੍ਰੋਬਲਮ ਆਉਂਦੀ ਹੈ ਗੈਸ ਦੀ ਤਾਂ ਤੁਹਾਨੂੰ ਕੁਛ ਨਾ ਕੁਛ ਰੈਫਰ ਕਰਨਾ ਹੀ ਪੈਂਦਾ ਹੈ ਨਾ ਗੈਸ ਕਿਉਂਕਿ ਅੱਜ ਕੱਲ੍ਹ ਲੋਕ ਯੂਜ਼ ਟੂ ਹੋ ਗਏ ਨੇ ਗੈਸ ਦੇ ਚੁੱਲ੍ਹੇ ਬਾਲਣੇ ਲੋਕਾਂ ਨੇ ਬੰਦ ਕਰਤੇ ਹੈ ਨਾ ਅਤੇ ਕੰਮ ਵੀ ਬਹੁਤ ਗੈਸ ਦੇ ਨਾਲ ਹੀ ਸਾਰਾ ਹੋ ਗਿਆ ਅਤੇ ਉਹ ਬਹੁਤ ਜ਼ਿਆਦਾ ਵਧੀਆ ਸਿਸਟਮ ਲੱਗਿਆ ਪਹਿਲਾਂ ਤਾਂ ਹਾਈਵੇ ਦੱਸਿਆ ਸਾਨੂੰ ਵੀ ਇਕੱਲਾ ਹਾਈਵੇ ਹੀ ਹੈ ਬਟ ਉਹਦੇ ਨਾਲ ਨਾਲ ਜਿਹੜੀ ਗੈਸ ਦੀ ਪਾਈਪ ਲਾਈਨ ਜਿੱਦਾਂ ਹੁਣ ਨਨਕਾਣਾ ਸਾਹਿਬ ਜੀ ਲੰਗਰ ਦੀ ਸੇਵਾ ਕੀਤੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਉੱਥੇ ਵੀ ਕੋਈ ਭੱਠੀਆਂ ਡੀਜ਼ਲ 'ਤੇ ਚਲਾਉਣੀਆਂ ਨੇ ਜਾਂ ਲੱਕੜਾਂ ਬਾਲ ਕੇ ਚਲਾਉਣੀਆਂ ਨੇ ਉੱਥੇ ਨੈਚੁਰਲ ਗੈਸ ਆ ਰਹੀ ਹੈ ਅਤੇ ਪਾਈਪ ਲਾਈਨ ਪੂਰੇ ਨਨਕਾਣਾ ਸਾਹਿਬ 'ਚ ਨਨਕਾਣਾ ਸਾਹਿਬ ਦੇ ਨਾਲ ਨਾਲ ਜਿਹੜੇ ਆਸ ਵਾਲੇ ਪਿੰਡ ਨੇ ਉਹਨਾਂ ਵਿੱਚ ਵੀ ਪਾਈਪ ਲਾਈਨਾਂ ਘਰਾਂ ਦੇ ਵਿੱਚ ਪਈਆਂ ਹੋਈਆਂ ਨੇ ਅਤੇ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਗੈਸ ਦੀ ਵੀ ਤੁਹਾਨੂੰ ਖਤਮ ਹੋ ਜੂਗੀ ਤੁਹਾਡਾ ਸਿਲੰਡਰ ਮੁੱਕ ਜੂਗਾ ਤੁਹਾਡੇ ਘਰ ਗੈਸਟ ਆਏ ਨੇ ਹੈ ਨਾ ਬਹੁਤ ਜ਼ਿਆਦਾ ਵੱਡਾ ਪਲੱਸ ਪੁਆਇੰਟ ਹੈਗਾ ਆ ਅਤੇ ਬਹੁਤ ਵਧੀਆ ਸਿਸਟਮ ਲੱਗਿਆ ਸਾਨੂੰ ਘਰ ਘਰ ਪਾਈਪ ਲਾਈਨਾਂ ਪਈਆਂ ਹੋਈਆਂ ਨੇ ਜਿੰਨੀ ਮਰਜ਼ੀ ਗੈਸ ਵਰਤੋਂ ਅਤੇ ਉਹਦਾ ਬਿੱਲ ਵੀ ਬਹੁਤ ਜ਼ਿਆਦਾ ਘੱਟ ਆਉਂਦਾ ਆ ਮੋਸਟਲੀ ਆਮ ਪਰਿਵਾਰ ਦਾ ਬਿੱਲ ਮੇਰੇ ਹਿਸਾਬ ਨਾਲ ਵੀ ਕੋਈ 300-400 ਰੁਪਇਆ 500 ਰੁਪਇਆ ਸਿਰਫ ਦੇਖੋ ਕਿੰਨਾ ਵਧੀਆ ਸਿਸਟਮ ਆ ਨਾ ਇਹ ਲੋਕਾਂ ਵਾਸਤੇ ਬਹੁਤ ਜ਼ਿਆਦਾ ਜਿਹੜੇ ਆਮ ਪਰਿਵਾਰ ਵੀ ਨੇ ਸਭ ਨੂੰ ਇੱਕੋ ਜਿਹਾ ਰੱਖਿਆ ਹੋਇਆ ਹੈ ਹਰ ਬੰਦਾ ਗੈਸ ਵਰਤਦਾ ਆ ਕਿਸੇ ਨੂੰ ਕੋਈ ਤਕਲੀਫ ਨਹੀਂ ਸਿਲੰਡਰ ਬਣਾਉਣ ਦੀ ਕਿਉਂਕਿ ਸਿਲੰਡਰ ਬੜੇ ਮਹਿੰਗੇ ਮਿਲਦੇ ਨੇ ਇੱਥੇ ਮੈਨੂੰ ਪਤਾ ਨਹੀਂ ਕੀ ਪ੍ਰਾਈਜ਼ ਆ ਪਰ ਇੱਥੇ ਗੈਸ ਦਾ ਸਿਸਟਮ ਬਹੁਤ ਵਧੀਆ ਲੱਗਿਆ ਕਹਿ ਕੇ ਇਹੀ ਕਹਾਂਗੇ ਤੁਹਾਨੂੰ ਵੀ ਪਾਕਿਸਤਾਨ ਦੇ ਵਿੱਚ ਸਾਨੂੰ ਆ ਕੇ ਬਹੁਤ ਜ਼ਿਆਦਾ ਸਕੂਨ ਮਿਲਿਆ ਕੋਈ ਗਲਤ ਫਹਿਮੀਆਂ ਸੀਗੀਆਂ ਮਨਾਂ ਵਿੱਚ ਜੋ ਲੋਕ ਕਰਦੇ ਨੇ ਬਾਹਰ ਕੋਈ ਇੱਦਾਂ ਦੀ ਗੱਲਬਾਤ ਹੈ ਨਹੀਂ ਗੀ ਬਿਲਕੁਲ ਮਾਹੌਲ ਵਧੀਆ ਆ ਲੋਕ ਬਹੁਤ ਪਿਆਰ ਕਰਦੇ ਆ ਤੁਸੀਂ ਬਿਹਾਰ 'ਚ ਆਓਗੇ ਤੁਹਾਨੂੰ ਲੋਕ ਇਹੀ ਕਹਿੰਦੇ ਨੇ ਉੱਥੇ ਜਾ ਕੇ ਕਿ ਸਾਡੇ ਤੁਸੀਂ ਸਾਡੇ ਮਹਿਮਾਨ ਹੋ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਜ਼ਰੂਰ ਆ ਕੇ ਦੇਖੋ ਇੱਕ ਵਾਰ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਦੇਖੋ ਬਹੁਤ ਵਧੀਆ ਤੁਹਾਨੂੰ ਇੱਥੇ ਸਕੂਨ ਮਿਲੂਗਾ ਆ ਕੇ ਇਹ ਜ਼ਰੂਰ ਹੈ ਵਾਕਈ ਮੈਂ ਅਗਰ ਕਹਿਣਾ ਚਾਹੁੰਦਾ ਨਨਕਾਣਾ ਸਾਹਿਬ ਤੁਸੀਂ ਆਓ ਜਦੋਂ ਵੀ ਹਰ ਸਾਲ ਆਉਂਦੇ ਆ ਦਰਸ਼ਨ ਕਰੋ ਅਤੇ ਨਾਨਕ ਦੇਵ ਦਾ ਆਉਂਦੇ ਸਾਲ ਸਾਡੇ ਕੋਲ ਧੰਨਵਾਦ ਜੀ ਬਹੁਤ ਬਹੁਤ ਮੇਰੇ ਵੱਲੋਂ ਫਿਰ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਜੀ ਜਿਹੜੇ ਜੁੜੇ ਸਾਡੇ ਨਾਲ ਸਾਰੇ ਅਸੀਂ ਹੁਣ ਪਹੁੰਚ ਗਏ ਲਾਹੌਰ ਮੇਨ ਲਾਹੌਰ ਦੇ ਵਿੱਚ ਪਹੁੰਚ ਗਏ ਲਾਹੌਰ ਬੜਾ ਜਾਣਾ ਲਾਹੌਰ ਤੋਂ ਹੁਣ ਅਸੀਂ ਸਿੱਧੇ ਵਾਗੇ ਜਾਣਾ ਜੀ ਸ਼ੋਪਿੰਗ ਦਾ ਟਾਈਮ ਸਾਡਾ ਰਿਹਾ ਨਹੀਂ ਇਹਨਾਂ ਦਾ ਕਿਉਂਕਿ ਬੰਦ ਰਹਿੰਦੇ ਕਿ 2 ਵਜੇ ਬੰਦ ਹੋ ਜਾਣਾ ਤੇ 1 ਵੱਜ ਚੁੱਕੇ ਹਨ ਜੀ ਬਿਲਕੁਲ 1 ਵੱਜ ਚੁੱਕਿਆ ਇਸ ਤੋਂ ਆਪਾਂ ਜਾਵਾਂਗੇ ਸਿੱਧੇ ਵਾਗੇ ਜਿਹੜੇ ਬਾਈ ਨੇ ਖੁਸਾ ਮੰਗਾਇਆ ਸੀ ਤੇ ਇੱਕ ਭਰਾ ਨੇ ਮੇਰੇ ਕੋਲ ਖੁਸੇ ਦੀ ਗਈ ਫਰਮਾਇਸ਼ ਸੀ ਖੁਸਾ ਨੂੰ ਹੋਰ ਕਿਸੇ ਦੇ ਹੱਥ ਖਿਲਾਵਾਂਗੇ ਹੁਣ ਆਪਾਂ ਸਿੱਧੇ ਵਾਗੇ ਚੱਲੇ ਹਾਂ ਤੁਸੀਂ ਹੁਣ ਲਾਹੌਰ ਦਾ ਸਾਡਾ ਨਜ਼ਾਰਾ ਕਰਨਾ ਤੇ ਕਰ ਸਕਦੇ ਹਾਂ ਕਰ ਦਿਓ ਜੀ ਉੱਧਰ ਕਹੋ ਜੀ ਤੇ ਸਾਧੂ ਦੇ ਸਾਰਿਆਂ ਨੂੰ ਛੁੱਟੀਆਂ ਜੀ ਸਾਨੂੰ ਛੁੱਟੀ ਦਿਓ ਜੀ ਸਾਰਿਆਂ ਨੂੰ ਲਾਹੌਰ ਵੇਖੋ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਪਿਆ ਨਾ ਆਹ ਕੰਟੇਨਰ ਜਾਂਦਾ ਇਹ ਤੁਰਕੀ ਦੀ ਕੰਪਨੀ ਦੇ ਇਸ਼ਤਰਾਕ ਦੇ ਨਾਲ ਇਹਨਾਂ ਜਿਹੜਾ ਰੋਡ ਨੂੰ ਸਾਫ਼ ਕਰਨ ਵਾਸਤੇ ਨਾ ਜਿਹੜਾ ਛੋਟੀ ਹੈਵੀ ਮਸ਼ੀਨਰੀ ਆ ਆਹ ਜਿਹੜਾ ਵੱਡਾ ਕੰਟੇਨਰ ਆ ਉਹ ਗੰਦ ਜਿਹੜਾ ਵਾ ਇਹਨੂੰ ਟ੍ਰਾਂਸਫਰ ਕਰਦੇ ਆ ਇਹ ਅੱਗੇ ਫਿਰ ਇੱਥੇ ਪਲਾਂਟ ਲਾਇਆ ਹੋਇਆ ਨਾ ਵੇਸਟੇਜ ਪਲਾਂਟ ਜਿਹਦੇ ਤੋਂ ਬਿਜਲੀ ਬਣਦੀ ਹੈ ਇਹ ਫਿਰ ਪਲਾਂਟ ਇਹ ਉਹਦੇ 'ਚ ਕਚਰੇ ਜਿਹੜੀ ਬਿਜਲੀ ਬਣਦੀ ਇਹ ਕੰਟੇਨਰ ਜਿਹੜੇ ਉਹਦੇ 'ਚ ਫਿਰ ਟ੍ਰਾਂਸਫਰ ਕਰਦੇ ਹੈ ਲੇਕਿਨ ਫਿਲਹਾਲ ਲਈ ਲਾਹੌਰ 'ਚ ਇਹਨੂੰ ਲਾਂਚ ਕੀਤਾ ਕੋਈ ਕੰਮ ਕਰਨਾ ਸੀਗਾ ਪਰ ਵੀਡੀਓ ਨੂੰ ਸ਼ੈਡ ਨਹੀਂ ਹੋ ਰਿਹਾ ਗਾ ਕੁਲਵੀਰ ਭੁੱਲਰ ਜੀ ਕਹਿ ਰਹੇ ਨੇ
ਹਾਈਵੇ ਢਿੱਲੋਂ ਸਾਹਿਬ ਰਿੰਗ ਰੋਡ ਅਤੇ ਲਾਹੌਰ ਦੇ ਰਾਊਂਡ ਅਬਾਊਟ ਨਾ ਰਿੰਗ ਰੋਡ ਬਣਾਇਆ ਲਾਹੌਰ ਦੇ ਰਾਊਂਡ ਅਬਾਊਟ ਬਣਾਇਆ ਰਿੰਗ ਰੋਡ ਇਹਦੇ 'ਤੇ ਵੀ ਜਿਹੜੀ ਹੈਵੀ ਟਰਾਂਸਪੋਰਟ ਮੋਟਰਸਾਈਕਲ ਰਿਕਸ਼ਾ ਇਸ ਤਰ੍ਹਾਂ ਦੀਆਂ ਗੱਡੀਆਂ ਨਹੀਂ ਚੜ੍ਹ ਸਕਦੀਆਂ ਅੱਛਾ ਮਤਲਬ ਟ੍ਰੈਫਿਕ ਨਹੀਂ ਵਧਦੀ ਇੱਥੇ ਹਾਂਜੀ ਉਹ ਲੋਕਲ ਜਿਹੜੀਆਂ ਨਾ ਉਹ ਨਹੀਂ ਚੜ੍ਹ ਸਕਦੀ ਇੱਥੇ ਟ੍ਰੈਫਿਕ ਕਿਉਂਕਿ ਲਾਹੌਰ ਦੇ ਕਿਸੇ ਵੀ ਨੁੱਕਰ 'ਤੇ ਜਾਣਾ ਹੋਏਗਾ ਹਾਂਜੀ ਇਹਦੇ 'ਤੇ ਜਾਣਾ ਈਜ਼ੀ ਹੈ ਵੈਸੇ ਲਾਹੌਰ ਰਸ਼ ਬਹੁਤ ਜ਼ਿਆਦਾ ਬਿਲਕੁਲ ਜੀ ਤੁਸੀਂ ਕਹਿੰਦੇ ਮੋਟਰਸਾਈਕਲ ਬੜੇ ਦਵਾਲੀ ਰੱਖਦੇ ਆ ਬੰਦੇ ਇੱਥੇ ਤੁਸੀਂ ਹਾਲੇ ਕਹਿੰਦੇ ਮੋਟਰਸਾਈਕਲ ਦੇਖੇ ਨੇ ਤੁਹਾਨੂੰ ਮੋਟਰਸਾਈਕਲ ਦੇ ਪਿੱਛੇ ਟਰਾਲੀ ਨਹੀਂ ਦੇਖੀ ਤੁਸੀਂ ਤੁਹਾਨੂੰ ਮੋਟਰਸਾਈਕਲ ਦੇ ਆਹ ਸਾਹਮਣੇ ਜਾਂਦੀ ਹੈ ਜੀ ਦੇਖੋ ਜੀ ਇਹ ਹੋਂਡਾ ਮੋਟਰਸਾਈਕਲ ਦੇ ਪਿੱਛੇ ਟਰਾਲੀ ਪਾਈ ਹੋਈ ਹੈ ਜੀ ਢਿੱਲੋਂ ਸਾਹਿਬ ਹੌਲੀ ਦਿਖਾ ਦਿਓ ਵੀਰ ਜੀ ਇਹਨਾਂ ਨੂੰ ਕਰਕੇ ਇਹਨਾਂ ਨੇ ਕਹਿੰਦਾ ਟਰੈਕਟਰ ਟਰਾਲੀ ਉਹ ਦਿਖਾਇਆ ਇਹ ਨਹੀਂ ਦਿਖਿਆ ਇਹਨਾਂ ਨੇ ਆਹ ਦੇਖੋ ਜੀ ਇਹ ਅੱਜ ਵੀਰ ਸਾਡੇ ਜੋ ਸਾਹਮਣੇ ਜਾ ਰਿਹਾ ਨਾ ਇਹ ਤੁਸੀਂ ਦੇਖੋਗੇ ਇਹ ਆਟੋ ਨਹੀਂ ਗਾ ਇਹ ਹੀਰੋ ਹੋਂਡਾ ਦੇ ਪਿੱਛੇ ਬਣਾਇਆ ਹੋਇਆ ਪੂਰਾ ਜਗਾੜ ਲਾਇਆ ਇਹਨਾਂ ਨੇ ਵੀ ਬੰਦੇ ਬੜੇ ਤੇਜ਼ ਨੇ ਬਈ ਇਹ ਆ ਦੇਖੋ ਤੁਹਾਨੂੰ ਖਾਣੇ ਹੌਲੀ ਕਰਕੇ ਅਸੀਂ ਆ ਸਾਹਮਣੇ ਆਉਂਦੀਆਂ ਦੇਖੋ ਹਨਾ ਬੰਦੇ ਨੇ ਸੇਵਾ ਕਰਵਾਇਆ ਗਿਆ ਦੇਖੋ ਵੀਰੇ ਹੋਂਡਾ ਦੇ ਪਿੱਛੇ ਟਰਾਲੀ ਪਾਈ ਇਹਨਾਂ ਨੇ ਤੁਸੀਂ ਕੱਲੀ ਟਰੈਕਟਰ ਟਰਾਲੀ ਦੇਖੀ ਹੋਣੀ ਆ ਆਹ ਦੇਖੋ ਮੋਟਰਸਾਈਕਲ ਦੇ ਪਿੱਛੇ ਪਾਈ ਫਿਰਦੇ ਨੇ ਵੀਰੋ ਜੀ ਬੰਦੇ ਛੇ ਛੇ ਦੱਬੀ ਰੱਖਦੇ ਨੇ ਪਿੱਛੇ ਨਜ਼ਾਰੇ ਲੈਂਦੇ ਨੇ ਪੂਰੇ ਅਚਾਨਕ ਇਹਨਾਂ ਦੇ ਇੱਥੇ ਤੁਸੀਂ ਐਂਬੂਲੈਂਸ ਦੀ ਕਾਲ ਕਰ ਦਿਓ ਤੇ ਉਹਦਾ ਖਰਚਾ ਵੀ ਸਾਰਾ ਫ੍ਰੀ ਹੈ ਵੀਰ ਜੀ ਮੈਂ ਦੱਸਾਂ ਇਵਨ ਨਾ ਮੈਂ ਜਿਹੜੇ ਹੋਸਪਿਟਲ ਨੇ ਜਿਹੜੇ ਪੰਜਾਬ ਗਵਰਨਮੈਂਟ ਦੇ ਹੋਸਪਿਟਲ ਨੇ ਹਾਂਜੀ ਉਹਨਾਂ ਦਾ ਦੱਸਦਾ ਤੁਸੀਂ ਹੋਸਪਿਟਲ ਦੇ ਵਿੱਚ ਵੜ ਜਾਣਾ ਵਾ 1 ਰੁਪਏ ਤੋਂ 30 ਰੁਪਏ ਦੀ ਪਰਚੀ ਆ ਮੁਕਤਸਰ ਕੈਟਾਗਰੀ 30 ਰੁਪਏ ਤੋਂ ਬਾਅਦ ਤੁਹਾਡਾ ਖਰਚਾ ਨਹੀਂ ਹੋਏਗਾ ਕੀ ਬਾਤ ਹੈ ਜੀ ਪਿਛਲੇ ਦਿਨਾਂ 'ਚ ਮੇਰਾ ਆਪਣਾ ਜ਼ਾਤੀ ਐਕਸਪੀਰੀਅੰਸ ਮੇਰੇ ਬ੍ਰਦਰ ਇਨ ਲਾਅ ਨੂੰ ਹਾਰਟ ਅਟੈਕ ਹੋ ਗਿਆ ਤੇ ਮੈਂ ਉਹਨਾਂ ਨੂੰ ਹੋਸਪਿਟਲ ਲੈ ਗਿਆ ਮੈਡੀਕਲ ਜਿਹੜਾ ਹੈਗਾ ਜੀ ਬਹੁਤ ਵਧੀਆ ਫੈਸਿਲਿਟੀ ਹੈਗੀ ਇੱਥੇ ਐਂਬੂਲੈਂਸ ਦੀ ਵੀ ਤੇ ਹਸਪੀਟਲਾਂ ਦੇ ਇਲਾਜ ਦੀ ਵੀ ਇਹ ਵੀਰ ਜੀ ਪੁੱਛ ਰਹੇ ਨੇ ਕੋਈ ਵੀ ਕਿਹੜਾ ਸ਼ਹਿਰ ਆ ਗਿਆ ਸ਼ਹਿਰ ਹੈਗਾ ਜੀ ਕਿਹੜਾ ਇਹ ਲਾਹੌਰ ਅਸੀਂ